ਹਾਂਜੀ ਕਿਸਾਨ ਵੀਰੋ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਕਣਕ ਦੀ ਬਜਾਈ ਸਮੇਂ ਕਣਕ ਦੇ ਬੀਜ ਨੂੰ ਖਾਦ ਲਾ ਕੇ ਆਪਾਂ ਜ਼ਮੀਨ ਦੀ ਪਜਾਊ ਸ਼ਕਤੀ ਤੇ ਝਾੜ ਦੋਮਾ ਚ ਵਾਧਾ ਕਰ ਸਕਦੇ ਹਾਂ ਉਹ ਕਿਵੇਂ ਕਰ ਸਕਦੇ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਬਜਾਈ ਬੀਜ ਦੀ ਸੋਧ ਵਾਸਤੇ ਹੁਣ ਕਿਸਾਨ ਵੀਰੋ ਜਿਹੜਾ ਆਪਾਂ ਕੀਟਨਾਸ਼ਕ ਲਾਉਣਾ ਹੈ ਉਲੀਨਾਸ਼ਕ ਲਾਉਣਾ ਹੈ ਤੇ ਇਹ ਜਿਹੜੀ ਹੈਗੀ ਹੈ ਜਵਾਨੂ ਖਾਦ ਕਿਉਂਕਿ ਹੁਣ ਵੈਸੇ ਵੀ ਨੈਨੋ ਡੀਏਪੀ ਜਿਹੜੀ ਆ ਗਈ ਨੈਨੋ ਡੀਏਪੀ ਵੀ ਬੀਜ ਨੂੰ ਇੱਕ ਵਾਰੀ ਲਾਉਂਗੇ ਤੁਸੀਂ ਇੱਕ ਵਾਰੀ ਉਹਦੀ ਸਪਰੇ ਹੋਇਆ ਕਰੋ ਆਉਣ ਵਾਲਾ ਸਮਾਂ ਬੀ ਟ੍ਰੀਟਮੈਂਟ ਤੇ ਸਪਰੇ ਇਹਦਾ ਹੀ ਆ ਉਹ ਮਤਲਬ ਚਾਹੀ ਖਾਦਾਂ ਹੋਣ ਤੇ ਜਾਂ ਫਿਰ ਹੋਰ ਦੂਸਰੀਆਂ ਤਾਂ ਵੈਸੇ ਹੀ ਸਪਰੇਆਂ ਹੁੰਦੀਆਂ ਕੀਟਨਾਸ਼ਕੂਲੀਨਾਸ਼ਕ ਖਾਦਾਂ ਜਿਹੜੀਆਂ ਹੈਗੀਆਂ ਖਾਦਾਂ ਦੀ ਰੂਪਰੇਖਾ ਜਿਹੜੀ ਆਉਣ ਵਾਲੇ ਸਮੇਂ ਚ ਬਦਲ ਰਹੀ ਹੈ ਬੀ ਸੋ ਤੇ ਸਪਰੇ ਇਹ ਜਿਹੜਾ ਹੈਗਾ ਆਉਣ ਵਾਲੇ ਜਮਾਨੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਸੋ ਜਿਹੜੀ ਇਹ ਜਿਵਾਨੂ ਖਾਦ ਹੈ ਕੰਸੋਰਸ਼ੀਅਮ ਕਲਚਰ ਜਿਹੜਾ ਕੰਸੋਰਸ਼ੀਅਮ ਖਾਦ ਆਪਾਂ ਕਹਿੰਦੇ ਨੇ ਜਿਵਾਨੂ ਖਾਦ ਪਹਿਲਾਂ ਆਪਾਂ ਜਿਵੇਂ ਛੂਲਿਆਂ ਨੂੰ ਜਾਂ ਦਾਲਾਂ ਦੇ ਵਿੱਚ ਰਾਈਜ਼ੋਬੀਅਮ ਲਾਉਂਦੇ ਹੁੰਦੇ ਟੀਕਾ ਜਾਂ ਬਰਸੀਮ ਵਗੈਰਾ ਦੇ ਵਿੱਚ ਜਿਹੜੀਆਂ ਜਿਨ੍ਹਾਂ ਦੀਆਂ ਜੜ੍ਹਾਂ ਦੇ ਵਿੱਚ ਗੰਢਾਂ ਬਣਦੀਆਂ ਨੇ ਇਹ ਜਿਹੜੀ ਹੈਗੀ ਕਣਕ ਵਾਸਤੇ ਜਿਵਾਨੂ ਖਾਦ ਬਣਾਈ ਗਈ ਵੀ ਇਹ ਲੁਧਿਆਣਾ ਵੱਲੋਂ ਇਹਦਾ ਕੰਮ ਕੀ ਹੈ ਮੁੱਖ ਤੌਰ ਤੇ ਆਪਾਂ ਜਦੋਂ ਬੀਜ ਨੂੰ ਲਾਉਨੇ ਆ ਤੇ ਬਿਜਾਈ ਕਰਦੇ ਆ ਤਾਂ ਇਹਨੇ ਜੇ ਕੋਈ ਜ਼ਮੀਨ ਦੇ ਵਿੱਚ ਜਿਵੇਂ ਫਾਸਫੋਰਸ ਆ ਜਿਹੜੀ ਆਪਾਂ ਜ਼ਿਆਦਾਤਰ ਡੀਏਪੀ ਪਾਉਨੇ ਆ ਆਪਣੀਆਂ ਜ਼ਮੀਨਾਂ ਦੀ ਪੀਐਚ ਵੀ ਉੱਚੀ ਆ ਤਾਂ ਉਹਦਾ ਕਾਫੀ ਵੱਡਾ ਹਿੱਸਾ 60 70% ਉਹ ਫਿਕਸ ਹੋ ਜਾਂਦੀ ਹੈ ਤਾਂ ਹੀ ਆਪਾਂ ਕਹਿੰਨੇ ਕਿ 30 35% ਕਣਕਵਰਦੀ ਆ ਤੇ ਝੋਨੇ ਨੂੰ ਡੀਏਪੀ ਨਾ ਪਾਓ ਕਿਉਂਕਿ ਜਿਹੜੀ ਇਹ ਹੀ ਆ ਉਹ ਅਵੇਲੇਬਲ ਫਾਰਮ ਦੇ ਵਿੱਚ ਉਦੋਂ ਮਿਲ ਜਾਂਦੀ ਹੈ ਟੈਂਪਰੇਚਰ ਅਪ ਹੁੰਦਾ ਤੇ ਸਬਮਰਜ ਕੰਡੀਸ਼ਨ ਹੁੰਦੀਆਂ ਸੋ ਇਹ ਜਿਹੜੀ ਹੈਗੀ ਆ ਉਹ ਫਾਸਫੋਰਸ ਜਿਹੜੀ ਫਿਕਸ ਹੁੰਦੀ ਹੈ ਉਹਨੂੰ ਘੋਲਣਸ਼ੀਲ ਰੂਪ ਦੇ ਵਿੱਚ ਲਿਆ ਕੇ ਬੂਟੇ ਨੂੰ ਅਵੇਲੇਬਲ ਕਰਾਉਂਦੀ ਹੈ ਹਵਾ ਬਿਜਲੀ ਨਾਈਟ੍ਰੋਜਨ ਨੂੰ ਜ਼ਮੀਨ ਦੇ ਵਿੱਚ ਫਿਕਸ ਕਰਦੀ ਜ਼ਮੀਨ ਦੇ ਵਿੱਚ ਇਕੱਠੀ ਕਰਕੇ ਜਮਾ ਕਰਦੀ ਹੈਗੀ ਹੈ ਜਿਹਦੇ ਨਾਲ ਫਸਲ ਨੂੰ ਬਹੁਤ ਵਧੀਆ ਬੈਲੈਂਸ ਨਿਊਟ੍ਰੀਸ਼ਨ ਮਿਲਦਾ ਹੈ ਸੂਖਮ ਜੀਵ ਨੇ ਜਿਹੜੇ ਜ਼ਮੀਨ ਦੇ ਵਿੱਚ ਸੂਖਮ ਜੀਵਾਂ ਦੀ ਜਿਹੜੀ ਗਿਣਤੀ ਆ ਉਹ ਵਧਾਉਂਦੀ ਹੈ ਜਿਹਦੇ ਨਾਲ ਉਹਨਾਂ ਦੀਆਂ ਜਿਹੜੀਆਂ ਕਿਰਿਆਵਾਂ ਉਹ ਜ਼ਮੀਨ 'ਚ ਵਧਦੀਆਂ ਜ਼ਮੀਨ ਦੀ ਜਿਹੜੀ ਬਣਤਰ ਆ ਜਾਂ ਜ਼ਮੀਨ ਦੇ ਵਿੱਚ ਹਵਾ ਦੀ ਮੂਵਮੈਂਟ ਆ ਉਦੇ ਵਿੱਚ ਇੰਪਰੂਵਮੈਂਟ ਹੁੰਦੀ ਹੈ ਜ਼ਮੀਨ ਦਾ ਦੀ ਸੇਚ ਚ ਸੁਧਾਰ ਹੁੰਦਾ ਤਾਂ ਇਹ ਜਿਹੜੇ ਹੈਗੇ ਜਿਵਾਣੂ ਖਾਦ ਹੈ ਜਿਹੜੀ 40 ਰੁਪਏ ਦੀ ਕੀਮਤ ਹੈ ਤੁਸੀਂ ਇਹ ਪੀਏਯੂ ਲੁਧਿਆਣਾ ਦੀ ਬੀਜਾਂ ਦੀ ਦੁਕਾਨ ਤੋਂ ਕਿਸੇ ਕਿਸਾਨ ਵਿਗਿਆਨ ਕੇਂਦਰ ਤੋਂ ਤਾਂ ਇਸ ਟਾਈਮ ਜਿਹੜਾ ਹੈਗਾ ਇਸ ਤੋਂ ਇਲਾਵਾ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਦੇ ਬਲਾਕ ਦਫ਼ਤਰਾਂ ਦੇ ਵਿੱਚੋਂ ਵੀ ਤੁਸੀਂ ਲੈ ਸਕਦੇ ਆ 40 ਰੁਪਏ ਕੀਮਤ ਹੈ 40 ਰੁਪਏ ਦਾ ਇੱਕ ਪੈਕਟ ਅੱਧਾ ਕਿਲੋ ਦਾ ਹੁੰਦਾ ਉਹ ਤੁਸੀਂ 40 ਕਿਲੋ ਬੀਜ ਨੂੰ 1 ਲੀਟਰ ਪਾਣੀ ਦੇ ਵਿੱਚ ਇਹਨੂੰ ਘੋਲ ਲੈਣਾ ਤੇ 40 ਕਿਲੋ ਬੀਜ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਉਹਨੂੰ ਜਿਹੜਾ ਸ਼ਾਮੇ ਹਵਾ ਲਵਾ ਕੇ ਤੇ ਅੱਧੇ ਘੰਟੇ ਘੰਟੇ ਦੇ ਵਿੱਚ ਉਹਨੂੰ ਬੀਜ ਦੇਣਾ। ਮਤਲਬ ਬਜਾਈ ਤੋਂ ਅੱਧਾ ਘੰਟਾ ਘੰਟਾ ਪਹਿਲਾਂ ਇਹਦੀ ਸੋਧ ਕਰੋ। ਜੇ ਤੁਸੀਂ ਪਹਿਲਾਂ ਕੀਟਨਾਸ਼ਕ ਜਾਂ ਉਲੀਨਾਸ਼ਕ ਬੀਜ ਨੂੰ ਲਾਉਣਾ ਹੈ ਤਾਂ ਉਹਦੇ ਨਾਲੋਂ ਕੰਸੋਰਸ਼ੀਅਮ ਕਲਚਰ ਜਿਹੜੀ ਜੀਵਾਣੂ ਖਾਦ ਲਾਉਣ ਦਾ ਗੈਪ ਹੈ ਜਿਹੜਾ ਉਹਨਾਂ ਦਾ ਫਰਕ ਆ ਉਹ 5-6 ਘੰਟੇ ਦਾ ਰੱਖੋ ਘੱਟੋ-ਘੱਟ। ਜਿਵੇਂ ਅੱਜ ਤੁਸੀਂ ਜਿਹੜੀ ਕੱਲ ਨੂੰ ਬਜਾਈ ਕਰਨੀ ਤਾਂ ਅੱਜ ਤੁਸੀਂ ਜਿਹੜਾ ਹੈਗਾ ਕੀਟਨਾਸ਼ ਕੁਲੀਨਾਸ਼ ਕਲਾ ਕੇ ਰੱਖੋ ਤੇ ਅਗਲੇ ਦਿਨ ਸਵੇਰੇ ਤੁਸੀਂ ਕੰਸੋਰਸ਼ੀਅਮ ਜਿਹੜਾ ਬਜਾਈ ਟਾਈਮ ਉਹਨੂੰ ਜਿਹੜਾ ਹੈਗਾ 1 ਲੀਟਰ ਦੇ ਵਿੱਚ ਅੱਧਾ ਕਿਲੋ ਦਾ ਪੈਕਟ ਕੋਲ ਕੇ ਮੌਕੇ ਤੇ ਦਾਣਿਆਂ ਦੇ ਨਾਲ ਮਿਕਸ ਕਰ ਦਿਓ ਤੇ ਉਹ ਜਿਹਦਾ ਹੈਗਾ ਆਪਾਂ ਬੀਜ ਦਈਏ ਬਹੁਤ ਵਧੀਆ ਫਾਇਦਾ ਰਹੂਗਾ ਆਪਾਂ ਆਮ ਤੌਰ ਤੇ ਜਿਹੜਾ ਇੰਨਾ ਗੱਲਾਂ ਨਾਲ ਧਿਆਨ ਨਹੀਂ ਦਿੰਦੇ ਇੱਕ ਵਾਰੀ ਕਰਕੇ ਜਰੂਰ ਦੇਖੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ